بسم اللہ الرحمن الرحیم السلام علیکم ਤੁਸੀਂ ਦੇਖ ਰਹੇ ਜੇ پاک ਪਫਲੋ ਟੀਵੀ YouTube ਚੈਨਲ ਇਸ ਤੋਂ ਇਲਾਵਾ حافظ ਅਜ਼ਰ ਜੱਟ ऑफिशियल Facebook ਪੇਜ ਅੱਜ ਅਸੀਂ ਆਪਣੇ ਬਹੁਤ ਹੀ ਪਿਆਰੇ ਦੋਸਤ ਆਤਫ ਰਾਂਝਾ ਸਾਹਿਬ ਕੋ ਜ਼ਿਲ੍ਹਾ ਮੰਡੀ ਬਾਉਦੀਨ ਦੇ ਇਲਾਕੇ ਮੀਆਂਵਾਲ ਰਾਂਝਾ ਚ ਹਾਜ਼ਰ ਹੋਏ ਆ ਆਤਫ ਰਾਂਝਾ ਸਾਹਿਬ ਦਾ ਜਿਹੜਾ ਸ਼ੌਕ ਆ ਖਾਸ ਤੌਰ ਤੇ ਨੀਲੀ ਦੇ ਉੱਤੇ ਤੇ ਮਾਸ਼ਾਅੱਲਾ ਲਾਜਵਾਬ ਸ਼ੌਕ ਆ ਤੇ ਅੱਜ ਸਾਡਾ ਇੱਕ ਜ਼ਾਤੀ ਕੰਮ ਸੀਗਾ ਭਾਈ ਆਤਫ ਨੂੰ ਤੇ ਦੂਸਰੇ ਲਫਜ਼ਾਂ ਵਿੱਚ ਕਹਿ ਲੋ ਕਿ ਸ਼ੌਕ ਸਾਂਝੇ ਹੁੰਦੇ ਆ ਉਹਦੇ ਲਈ ਅਸੀਂ ਹਾਜ਼ਰ ਹੋਏ ਆ ਭਾਈ ਆਤਫ ਹੁਣਾ ਕੋਲ ਇੱਕ ਨਾਂ ਜੀ ਨੀਲੀ ਦੀ ਬੜੀ ਪੁਰਾਣੀ ਤੇ ਆਹਲਾ ਕੁਆਲਟੀ ਦੀ ਬਲੱਡ ਲਾਈਨ ਦਾ ਝੋਟਾ ਕਬੂਤਰਾ ਕਬੂਤਰੀ ਮੱਜ ਸਾਲਮ ਖਾਨ ਰੱਤ ਬਰੀਡ ਦਾ ਉਹ ਅਸੀਂ ਅੱਜ ਭਾਈ ਆਤਫ ਹੁਣਾ ਕੋਲ ਸ਼ੌਕ ਦਾ ਮੰਗਿਆ ਤੇ ਭਾਈ ਉਹਨਾਂ ਨੇ ਸਾਨੂੰ ਬਹੁਤ ਇੱਜ਼ਤ ਆਨਰ ਕੀਤੀ ਰਿਸਪੈਕਟ ਕੀਤੀ ਆ ਇਸ ਝੋਟੇ ਦਾ ਜਿਹੜਾ ਮੁਕੰਮਲ ਤਾਰਫ਼ ਆ ਉਹ ਵੀ ਭਾਈ ਆਤਫ ਦੱਸਣਗੇ ਤੇ ਅਸੀਂ ਖਸੂਸੀ ਤੌਰ ਤੇ ਆਪਣੇ ਚੈਨਲ ਦੀ ਤਰਫੋਂ ਤੇ ਦੇਖਣ ਵਾਲੇ ਦੋਸਤਾਂ ਦੀ ਤਰਫੋਂ ਜਿਹੜਾ ਭਾਈ ਆਤਫ ਦਾ ਖਸੂਸੀ ਸ਼ੁਕਰੀਆ ਦਾ ਵੀ ਕਰਨੇ ਆ ਤੇ ਇਹਨਾਂ ਨਾਲ ਗੱਪਸ਼ਾਪ ਵੀ ਕਰਨੇ ਆ ਅਸਲਾਮੁਅਲੈਕੁਮ ਹਾਦਰ ਵਾਅਲੈਕੁਮ ਅਸਲਾਮ ਭਾਈ ਜਰ ਕੀ ਹਾਲ ਹੈ ਠੀਕ ਹੋ ਅਲਹਮਦੁਲਿਲਾ ਜੀ ਆਤਫ ਭਾਈ ਸਭ ਤੋਂ ਪਹਿਲੇ ਇਹ ਤੁਹਾਡਾ ਬਹੁਤ ਸ਼ੁਕਰੀਆ ਤੁਸੀਂ ਸਾਨੂੰ ਟਾਈਮ ਦਿੱਤਾ ਫਾਰਮ ਵਿਜ਼ਿਟ ਕਰਾਇਆ ਮੋਸਟ ਵੈਲਕਮ ਸਰ ਤੁਹਾਡਾ ਆਪਣਾ ਘਰ ਬਹੁਤ ਮਿਹਰਬਾਨੀ ਵੇ ਵਾਇਆਤੋ ਜਿਹੜਾ ਤੁਸੀਂ ਅੱਜ ਸਾਨੂੰ ਛੋਟੇ ਦੀ ਜਿਹੜੀ ਮਿਹਰਬਾਨੀ ਕੀਤੀ ਹੈ ਅਸੀਂ ਸਾਡੇ ਕੋਲ الفاظ ਨਹੀਂ ਹੈਗੇ ਬਾਰ-ਬਾਰ ਕੇ ਤੁਹਾਡਾ ਸੀ ਕਹੇ ਸ਼ੁਕਰੀਆ ਅਦਾ ਕਰੀਏ ਜੀ ਜੀ ਸਰ ਇਸ ਹਫਤ ਸਾਡ ਸ਼ੌਕ ਹੁੰਦੇ ਸਾਂਝੇ ਜੀ ਬੇਚਾਰਾ ਤੇ ਚਲੋ ਤੁਸੀਂ ਆਖਿਆ ਤੇ ਮੈਂ ਤੁਹਾਨੂੰ ਦੇ ਦਿੱਤਾ ਲੇਕਿਨ ਮੈਂ ਮਤਲਬ ਹੈਗੇ ਇਸ ਮੂੜ ਜੋ ਕੋ ਨਹੀਂ ਸੀ ਦੇਣ ਦੇ ਹਸੇ ਤੁਹਾਡੀ ਹੁਣ ਵੀ ਇਹ ਛੋਟਾ ਜੀ ਤੁਹਾਡੀ ਹੈ ਜੀ ਜਿਵੇਂ ਅਸੀਂ ਆਪਣਾ ਸਮਝ ਇਹ ਤੁਹਾਡੀ ਰਿਸਪੈਕਟ ਹੈ ਸਰ ਜਿਵੇਂ ਅਸੀਂ ਆਪਣਾ ਸਮਝ ਕੇ ਜੀ ਆਏ ਆ ਤੇ ਇਸ ਲਈ ਆ ਜੀ ਵੇ ਦੋਸਤ ਬਾਰ ਬਾਰ ਪੁੱਛਦੇ ਆ ਜੀ ਕਿ ਕੀਮਤ ਕੀ ਹੈ ਕੀਮਤ ਇਹਦੀ ਇਹ ਹੈ ਕਿ ਭਾਈ ਆਤਫ ਨੂੰ ਜੋ ਇਸ ਤਰ੍ਹਾਂ ਕਰਕੇ ਦੇ ਛੱਡੇ ਆ ਇਹਨਾਂ ਨੇ ਮੁੱਠੀ ਖੋਲ ਕੇ ਵੀ ਨਹੀਂ ਦੇਖੀ ਹੈ ਕਿ ਇਹਦੇ ਚ ਕੀ ਹੈ ਇਹਦੇ ਚ ਕੋਈ ਪੈਸੇ ਵੀ ਹੈ ਕਿ ਨਹੀਂ ਹੈ ਤੇ ਇਹ ਇਹਨਾਂ ਦੀ ਮੁਹੱਬਤ ਆ ਇਨਸ਼ਾਅੱਲਾ ਇਹ ਮੁਹੱਬਤ ਕਾਇਮ ਰਹੇਗੀ ਭਾਈ ਆਤਫ ਨਵੇਂ ਵੇਖਣ ਵਾਲੇ ਦੋਸਤਾਂ ਨੂੰ ਵੈਸੇ ਤਾਂ ਸ਼ੁਕੀਨ ਹੈ ਇਸ ਛੋਟੇ ਨੂੰ ਇਸ ਬਰੀਡ ਨੂੰ ਸਾਰਾ ਜਾਣਦੇ ਨੇ ਨਵੇਂ ਵੇਖਣ ਵਾਲੇ ਦੋਸਤਾਂ ਨੂੰ ਜ਼ਰਾ ਥੋੜਾ ਜਿਆਦਾ ਬੈਕਗ੍ਰਾਉਂਡ ਦੇ حوالے ਨਾਲ ਇਹਨਾਂ ਭਾਈ ਜਾਨਪੂ ਇਸ ਬਲੱਡ ਲਾਈਨ ਨੂੰ ਪੂਰਾ ਪਾਕਿਸਤਾਨ ਜਾਣਦਾ ਜੀ अल्लाह तला जनन सेव करे साल रात बरेड है जी छोटी कबूतरी का बेटा जी। और बोर आला सा जी। अच्छा जी। मेरे तवाजिश की भाई अब्बास गुजर ने जी, जी। ਮੈਂ ਉਹਨਾਂ ਦਾ ਸ਼ੁਕਰੀਆ ਦਗਾ ਰਨਾ ਜਦੋਂ ਉਹਨਾਂ ਮੈਂ ਦਿੱਤਾ ਸੀ ਬੜੇ ਰਿਸਪੈਕਟ ਕੀਤੇ ਸੀ ਤੇ ਅੱਜ ਮੈਂ ਤੁਹਾਡੇ ਰਿਸਪੈਕਟ ਕੀਤੇ ਅੱਜ ਤੁਹਾਨੂੰ ਮਤਲਬ ਹੈ ਮਾਨਨ ਦੇ ਤੌਰ ਤੇ ਦੇ ਦਿੱਤਾ ਜੀ ਅੱਲਾ ਤੁਹਾਡੇ ਨਸੀਬ ਵਿੱਚ ਕਰੇ ਆਮੀਨ ਆਮੀਨ ਤੇ ਜੀ ਚਾਚਾ ਜੀ ਉਹਨਾਂ ਦੇ ਬਾਰੇ ਚ ਵੀ ਦੱਸੋ ਜੀ ਇਹ ਸਰ ਮੇਰੇ ਬਹੁਤ ਪਿਆਰੇ ਚਾਚਾ ਜੀ ਅੱਛਾ ਜੀ ਔਰ ਸਕੇ ਚਾਚਾ ਜੀ ਨੇ ਮੇਰੇ ਹਾਂਜੀ ਔਰ ਇਹਨਾਂ ਦੇ ਨਾਲ ਮੇਰਾ ਬਹੁਤ ਜ਼ਿਆਦਾ ਪਿਆਰ ਸ਼ੌਕ ਲੋ ਵੀ ਪਿਆਰ ਆ ਜੀ ਸ਼ੌਕ ਲੋ ਬੇ ਪਿਆਰ ਠੀਕ ਹੈ ਤੇ ਆ ਸਾਡੇ ਇਹ ਸਰ ਮੇਰਾ ਬੇਟਾ ਬੇਟਾ ਅਫਦਲ ਹਦੀ ਰਾਂਜਾ ਜੀ ਅਫਦਲ ਆਦੀ ਹਾਂਜੀ ਇਹ ਨਵਾਂ ਬ੍ਰੀਡਰ ਹੈ ਅੱਛਾ ਮੁਸਤਕਬਲ ਦਾ ਫਿਊਚਰ ਦਾ ਹੈ ਜੀ ਚਲੋ ਅਸੀਂ ਦੁਆ ਗੋਆ ਜੀ ਤੁਹਾਡੇ ਸ਼ੌਕ ਲਈ ਤੁਹਾਡੀ ਔਲਾਦ ਦੇ ਸ਼ੌਕ ਲਈ ਸਾਰੇ ਜੀ ਮਿਹਰਬਾਨੀ ਸਰ ਜੀ ਮਿਹਰਬਾਨੀ ਸਰ ਅੱਲਾਹ ਤਾਲਾ ਰਹਿਮਤ ਕਰੇਗਾ ਤੇ ਇੱਕ ਦਫਾ ਅਸੀਂ ਫੇਰ ਤੁਹਾਨੂੰ ਸ਼ੁਕਰੀਆ ਅਦਾ ਕਰਨੇ ਆ ਜੀ ਮਿਹਰਬਾਨੀ ਇਨਸ਼ਾ ਅੱਲਾਹ ਦੋਸਤਾਂ ਨੂੰ ਜੀ ਸ਼ੌਕ ਕਰਵਾਉਂਦੇ ਰਾਂਗੇ ਆਉਣ ਵਾਲੇ ਦਿਨਾਂ ਵਿੱਚ ਪਾਈਆਤਫ ਦੇ ਮਾਲਦਾਰੀ ਦੀਆਂ ਕੋਈ ਮੱਜਾਂ ਤਿਆਰਤੀ ਹੋ ਰਹੀਆਂ ਉਹ ਵੀ ਸ਼ੌਕ ਨਹੀਂ ਇਨਸ਼ਾ ਅੱਲਾਹ ਨੇ ਕਰੀਬ ਜਨਾਬ ਇਹਦੀਆਂ ਜੋਟੀਆਂ ਦਾ ਦਨ ਸ਼ੌਕ ਕਰਾਵਾਂਗੇ ਸ਼ੌਕ ਕਰਾਵਾਂਗੇ ਦੇ ਬਹੁਤ ਸ਼ੁਕਰੀਆ ਵੇਖਣ ਵਾਲੇ ਦੋਸਤਾਂ ਦਾ ਜੀਓ ਜਿਹੜੇ ਦੇਖ ਰਹੇ ਆ ਹੁਣ ਸਾਨੂੰ ਇਜਾਜ਼ਤ ਹੋ ਅੱਲਾਹ ਤਾਲਾ ਤੁਹਾਡਾ ਤੇ ਮੇਰਾ ਆਮੀਨ ਨਾਸਰ ਹੋ ਪਾਕਿਸਤਾਨ ਜਿੰਦਾਬਾਦ